ਮਤਲਬ ਜੀ ਕੀ ਉਸ ਵੇਲੇ ਸੀਗਾ ਪਰਿਵਾਰ, ਕਿਸ ਤਰ੍ਹਾਂ ਸਭ ਬੈਠੇ ਹੋਏ ਸੀ, ਕਿਉਂਕਿ ਸਵੇਰ ਦਾ ਸਮਾਂ ਸੀ 7 ਵਜੇ ਤਕਰੀਬਨ ਬੈਠੇ ਉੱਠੀ ਮੈਂ, ਉੱਠ ਕੇ ਸੈਰ ਸੂਰ ਕੀਤੀ ਹੈ, ਦਰਵਾਜ਼ਾ ਖੋਲਿਆ ਬਾਹਰਲਾ, ਫਿਰ ਥੋੜ੍ਹੀ ਜਿਹੀ ਸਾਹ ਲੈ ਕੇ ਮੈਂ ਇਸ਼ਨਾਨ ਕੀਤਾ ਹੈ, ਫਿਰ ਪਾਠ ਕੀਤਾ ਹੈ, ਫਿਰ ਮੇਰੀ ਨੂੰ ਉੱਠੀ ਨਹੀਂ, 6:30 ਹੋ ਗਏ ਉੱਠੀ ਨਹੀਂ, ਅੱਜ ਬੱਚੇ ਘਰ ਸੀ ਨਾ, ਅਤੇ ਚੱਲ ਉਹ ਘੜੀ ਲੰਮੀ ਪੈ ਗਈ, ਅਤੇ ਬੱਚੇ ਕਹਿੰਦੇ ਅਨੰਦਪੁਰ ਸਾਹਿਬ ਜਾਣਾ ਹੈ, ਅਤੇ ਕਹਿੰਦਾ ਕੱਲ੍ਹ ਨੂੰ ਚੱਲਾਂਗੇ ਆਪਾਂ ਅਨੰਦਪੁਰ ਸਾਹਿਬ, ਅਤੇ ਮੈਨੂੰ ਕਹਿੰਦਾ ਮੰਮੀ ਕੱਲ੍ਹ ਨੂੰ ਚੱਲਾਂਗੇ, ਮੈਂ ਕਿਹਾ ਕੋਈ ਗੱਲ ਨਹੀਂ, ਅਤੇ ਉਹ ਮੁੜ ਕੇ ਫਿਰ ਮੈਂ ਉੱਠੀ ਹਾਂ, ਮੈਂ ਫਿਰ ਨਾ ਆਂਡੇ ਰੱਖੇ ਸਵੇਰੇ, ਫਿਰ ਇਕਦਮ ਘਰ ਵਿੱਚ ਪਹਿਲਾਂ ਕੋਈ ਫੋਨ ਕਾਲ ਉਹਨਾਂ ਨੂੰ ਆਉਂਦੇ ਰਹੇ ਆ ਜਾਂ ਫੋਨ ਨਹੀਂ ਆਇਆ, ਕੋਈ ਕੁਛ ਨਹੀਂ ਆਇਆ, ਰਾਤ ਨੂੰ ਫੋਨ ਬੰਦ ਕਰਕੇ ਸੌਂਦਾ ਹੈ, ਆਪਣਾ ਫੋਨ ਸਾਡੇ ਖੁੱਲ੍ਹੇ ਹੁੰਦੇ, ਉਹਦਾ ਫੋਨ ਬੰਦ ਹੁੰਦਾ, ਬਸ ਰੰਜਿਸ਼ ਕੀ ਕਿਸੇ ਵੱਲੋਂ ਹਮਲਾ ਕੀਤਾ ਗਿਆ, ਜਿੱਥੇ ਤੁਹਾਨੂੰ ਸ਼ੱਕ ਵੀ ਹੈ, ਕੌਣ ਹੈ, ਕੋਈ ਪਰਿਵਾਰਕ ਮੈਂਬਰ ਹੈ ਜਾਂ ਕੋਈ ਯਾਰ ਦੋਸਤ ਹੈ ਉਹਨਾਂ ਦਾ, ਜਾਂ ਕੋਈ ਯਾਰ ਦੋਸਤ ਕੋਈ ਨਹੀਂ, ਉਹ ਮੁੰਡਾ ਹੈ ਨਹੀਂ ਇਹੋ ਜਿਹਾ ਕਿਸੇ ਨਾਲ, ਤੁਹਾਡੀ ਕਿਸੇ ਨਾਲ, ਇੱਥੇ ਕਿਸੇ ਨਾਲ ਨਹੀਂ ਹੈ, ਬਾਹਰੋਂ ਕੋਈ, ਉੱਧਰੋਂ ਦੁਆਬੇ ਚ, ਦੁਆਬਾ ਸਾਈਡ ਤੋਂ, ਬੇਗੋਵਾਲ ਸਾਈਡ ਤੋਂ, ਕੌਣ ਨੇ ਉਹ ਪਰਿਵਾਰਕ ਦੇ, ਕੀ ਲੱਗਦੇ ਨੇ ਇਹਨਾਂ, ਸਾਡੇ ਨਹੀਂ ਕੁਛ ਵੀ ਲੱਗਦੇ, ਬਿਲਕੁਲ ਸ਼ੱਕ ਦਾ ਜੇ ਫਿਲਹਾਲ ਘੇਰਾ ਜਤਾਇਆ ਜਾ ਰਿਹਾ, ਔਰ ਫਿਲਹਾਲ ਪਰਿਵਾਰ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਦੱਸਿਆ ਕਿ ਸਾਨੂੰ ਕਿਸ 'ਤੇ ਸ਼ੱਕ ਹੈ, ਔਰ ਮਤਲਬ ਉਸ ਵੇਲੇ ਬੱਚੇ ਵੀ ਹੱਥ ਜੋੜ ਰਹੇ ਸੀ, ਉਹਨਾਂ ਨੂੰ ਰੋ ਰਹੇ ਸੀ ਕਿ ਨਾ ਮਾਰੋ ਨਾ ਫਾਇਰ ਕਰੋ, ਬਟ 3 ਫਾਇਰ ਘਰ ਦੇ ਵਿੱਚ ਕਰ ਦਿੱਤੇ ਗਏ, ਤੁਸੀਂ ਵੀ ਇੱਥੇ, ਹਾਂਜੀ ਹਾਂਜੀ ਕੀਤੇ ਫਾਇਰ ਉਹਨਾਂ ਨੇ, ਬੱਚੇ ਵੀ ਦੇਖ ਰਹੇ ਸੀ ਅਸੀਂ ਸਿਸਟਮ ਵਿੱਚ ਕਿੱਦਾਂ ਰੋ ਰਹੇ ਨੇ, ਹਾਂਜੀ ਲੱਗਦਾ ਨਹੀਂ ਕਿ ਇੱਕਦਮ ਜੋ ਇਹ ਵਾਰਦਾਤ ਘਰ ਵਿੱਚ ਇੱਕਦਮ ਮਾਹੌਲ ਬੈਠੇ ਸਾਰੇ ਇੱਕਦਮ ਹਮਲਾ ਕਰਨਾ ਆਉਣਾ, ਕਿਸ ਤਰ੍ਹਾਂ ਦੇਖਦੇ ਹੋ, ਪਤਾ ਹੀ ਨਹੀਂ ਲੱਗਾ ਸਾਨੂੰ ਕੀ ਹੋਇਆ ਕੀ ਨਹੀਂ, ਕਰਦੇ ਕਰਦੇ ਚਾਦਰ ਵੀ ਵਿਛਾ ਦਊ।